ਗਾਇਕਾ ਤੇ ਅਦਾਕਾਰਾ ਜੈਨੀਫਰ ਲੋਪੇਜ਼ ਦਾ ਕਹਿਣਾ ਹੈ ਕਿ ਡਾਂਸਰ ਦੇ ਤੌਰ 'ਤੇ ਆਪਣੀ ਪਹਿਲੀ ਪਰਫਾਰਮੈਂਸ ਦੇਣ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਪੂਰੇ ਦਿਨ 'ਚ ਸਿਰਫ ਪੀਜ਼ਾ ਦਾ ਇੱਕ ਟੁਕੜਾ ਖਾਇਆ ਸੀ। 47 ਸਾਲਾ ਜੈਨੀਫਰ ਇਸ ਵੇਲੇ ਦੁਨੀਆ ਦੀ ਮਸ਼ਹੂਰ ਕਲਾਕਾਰ ਹੈ, ਲੇਕਿਨ 80 ਦੇ ਦਸ਼ਕ ਦੇ ਅਖੀਰ ਤੱਕ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੇਲੇ ਕਈ ਮੁਸ਼ਕਿਲਾਂ ਝੇਲੀਆਂ। ਅਭਿਨੇਤਰੀ ਨੇ ਕੰਪੀਟੀਸ਼ਨ 'ਤੇ ਆਧਾਰਿਤ ਆਪਣੇ ਨਵੇਂ ਟੀ ਵੀ ਸ਼ੋਅ ਵਰਲਡ ਆਫ ਡਾਂਸ ਦੇ ਪ੍ਰਚਾਰ ਦੇ ਮੌਕੇ 'ਤੇ ਕਿਹਾ ਸੀ ਕਿ ਮੈਂ ਰੋਜ਼ ਬਸ ਪੀਜ਼ਾ ਦਾ ਇੱਕ ਟੁਕੜਾ ਖਾਂਦੀ ਸੀ ਅਤੇ ਇਸ ਤੋਂ ਇਲਾਵਾ ਮੈਂ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਵੀ ਨਹੀਂ ਖਾਂਦੀ ਸੀ। ਉਹਨਾਂ ਨੇ ਕਿਹਾ ਕਿ ਮੈਂ ਇਸ ਸਲਾਈਸ ਨੂੰ ਸ਼ਾਮੀ 6 ਵਜੇ ਤੱਕ ਖਾਂਦੀ ਸੀ ਤਾਂ ਕਿ ਅਗਲੇ ਦਿਨ ਤੱਕ ਵੀ ਇਸ ਨਾਲ ਮੇਰਾ ਕੰਮ ਚੱਲਦਾ ਰਹੇ। ਆਪਣੀ ਮਾਂ ਦੇ ਘਰ ਤੋਂ ਇੱਕ ਵਾਰ ਨਿਕਲਣ ਤੋਂ ਬਾਅਦ ਅਤੇ ਕੋਈ ਵੱਡਾ ਮੌਕਾ ਮਿਲਣ ਤੋਂ ਪਹਿਲਾਂ ਉਹਨਾਂ ਨੇ ਤਕਰੀਬਨ 2 ਸਾਲ ਤੱਕ ਇਹ ਕੀਤਾ। ਅੱਜ ਦੀ ਤਰੀਕ 'ਚ ਉਹਨਾਂ ਦਾ ਨਾਮ ਪੌਪ ਗਾਣਿਆਂ ਦੇ ਟੌਪ ਕਲਾਕਾਰਾਂ 'ਚ ਸ਼ਾਮਿਲ ਹੈ।